ਲੁਧਿਆਣਾ ਵਿਖੇ ਡਾਕਟਰ ਸੁਮਿਤਾ ਸੋਫਟ ਨੂੰ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵੱਲੋਂ ਬੈਸਟ ਡਾਕਟਰ ਦੇ ਅਵਾਰਡ ਨਾਲ ਨਿਵਾਜਿਆ ਗਿਆ ਹੈ। ਸੁਮਿਤਾ ਸੋਫਟ ਪਿਛਲੇ 16 ਸਾਲਾਂ ਤੋਂ ਬਾਂਝਪਨ ਜਿਹੀ ਗੰਭੀਰ ਬਿਮਾਰੀ ਨੂੰ ਦੂਰ ਕਰਨ ਲਈ ਖੋਜ ਕਰ ਰਹੀ ਹੈ ਅਤੇ ਇਸ ਖੇਤਰ ਵਿੱਚ ਖੋਜ ਕਰਨ ਵਾਲੀ ਉਹ ਪਹਿਲੀ ਡਾਕਟਰ ਵੀ ਹੈ, ਜਿਸ ਕਾਰਨ ਉਹਨਾਂ ਨੂੰ ਇਹ ਸਨਮਾਨ ਦਿੱਤਾ ਗਿਆ ਹੈ। ਡਾਕਟਰ ਸੁਮਿਤਾ ਦੁਨੀਆ ਦੇ ਕਈ ਦੇਸ਼ਾਂ ਵਿੱਚ ਪ੍ਰੈਕਟਿਸ ਕਰ ਚੁੱਕੇ ਨੇ ਅਤੇ ਉਹਨਾਂ ਦਾ ਮੰਨਣਾ ਹੈ ਕਿ ਹਰ ਦਿਨ IVF ਟੈਕਨੋਲੋਜੀ ਵਿੱਚ ਸੁਧਾਰ ਹੋਣ ਦੇ ਕਾਰਨ ਭਾਰਤ 'ਚ ਬੱਚਿਆਂ ਦੀ ਜਨਮ ਦਰਜ ਵਿੱਚ ਕਾਫੀ ਵਾਧਾ ਹੋਇਆ ਹੈ। ये मेरे को बांझपन की निसंतान जोड़ों की सेवा के लिए दिया गया है। इसमें मुझे ऑनरेबल चीफ मिनिस्टर ऑफ पंजाब श्री प्रकाश सिंह बादल जी ने मेरे को सम्मानित किया है। ये अनहद अवार्ड है फॉर बेस्ट IVF साइंटिस्ट।